ਸਵਾਗਤ ਹੈ ਕੇਸੀਟੀਸੀ ਟੀਵੀ ਤੇ ਦਰਸ਼ਕੋ ਕਹਿੰਦੇ ਨੇ ਕਿ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹਨਾਂ ਦੇ ਸਿਰ ਤੇ ਹੀ ਪੈਂਦੀਆਂ ਨੇ ਜਿਹੜੀਆਂ ਜਿਹੜੇ ਲੋਕ ਜ਼ਿੰਮੇਵਾਰੀਆਂ ਚੁੱਕਣ ਦੇ ਯੋਗ ਹੁੰਦੇ ਸੋ ਇਦਾਂ ਦੀ ਹੀ ਇੱਕ ਜ਼ਿੰਮੇਵਾਰੀ ਜਿਹੜੀ ਹੈ ਸਾਡੇ ਖਾਲਸਾ ਕਾਲਜ ਗਵਰਨਿੰਗ ਕਾਉਂਸਲ ਦੇ ਆਨਰੇਰੀ ਸੈਕਟਰੀ ਸਾਹਿਬ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਛੀਨਾ ਤੇ ਪਈ ਹੈ ਉਹਨਾਂ ਨੂੰ ਅੱਜ ਇੱਕ ਇਜਲਾਸ ਦੇ ਵਿੱਚ ਗੈਰ ਸਰਕਾਰੀ ਜਿਹੜੇ ਕਾਲਜਿਸ ਨੇ ਉਹਨਾਂ ਦੇ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ ਹੈ ਸੋ ਅੱਜ ਖਾਲਸਾ ਕਾਲਜ ਦੇ ਵਿੱਚ ਮੀਟਿੰਗ ਹਾਲ ਦੇ ਵਿੱਚ ਉਹਨਾਂ ਦੇ ਇਸ ਜਿਹੜਾ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਸਨਮਾਨ ਦੇ ਵਿੱਚ ਇੱਕ ਛੋਟਾ ਜਿਹਾ ਗੈਟ ਟੂਗੈਦਰ ਸੀ ਅਤੇ ਉਹਨਾਂ ਦੇ ਅਸੀਂ ਵਿਚਾਰ ਜਾਣਾਂਗੇ ਕਿ ਕੀ ਉਹ ਕਹਿ ਰਹੇ ਨੇ ਕਿ ਕਿਵੇਂ ਉਹ ਇਹਨਾਂ ਜ਼ਿੰਮੇਵਾਰੀਆਂ ਨੂੰ ਨਵੀਆਂ ਨੂੰ ਨਿਭਾਉਣਗੇ ਕਿਵੇਂ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਸੈਸ ਹੈ ਇੱਕ ਨਵਾਂ ਸ਼ੁਰੂ ਤੋਂ ਜਿਹੜਾ ਵਾ ਉਹ ਕਿਸ ਸੋਚ ਨੂੰ ਲੈ ਕੇ ਚੱਲਣਗੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੀ ਪੰਜਾਬ ਦੇ 136 ਕਾਲਜ ਪੰਜਾਬ ਦੇ ਨੇ 6 ਕਾਲਜ ਚੰਡੀਗੜ੍ਹ ਦੇ ਨੇ ਉਹਨਾਂ ਤੋਂ ਗਵਰਨਮੈਂਟ ਤੋਂ 95% ਗਰਾਂਟ ਰੇਟ ਦੇ ਵਿੱਚ ਕਾਲਜ ਬੜੇ ਪੁਰਾਣੇ ਇਸਟੈਬਲਿਸ਼ ਹੋਏ ਨੇ ਔਰ ਸਾਰੇ ਜਿਹੜੇ ਕਾਲਜ ਨੇ ਕਿਸੇ ਨਾ ਕਿਸੇ ਸੁਸਾਇਟੀ ਦੇ ਅੰਡਰ ਚੱਲ ਰਹੇ ਆ ਕਿਸੇ ਪਰਸਨਲ ਕਿਸੇ ਬੰਦੇ ਦੇ ਕਾਲਜ ਨਹੀਂ ਹੈਗੇ ਇੰਡੀਵਿਜੁਅਲ ਇਹ ਬਾਅਦ 'ਚ ਪ੍ਰਾਈਵੇਟਾਈਜੇਸ਼ਨ ਹੋਇਆ ਅਤੇ ਬਾਅਦ 'ਚ ਕਾਲਜ ਲੋਕਾਂ ਨੇ ਆਪੋ ਆਪਣੇ ਕਾਲਜ ਯੂਨੀਵਰਸਿਟੀਆਂ ਖੋਲ੍ਹੀਆਂ ਨੇ ਲੇਕਿਨ ਇਹ ਸਾਰੇ ਜਿਹੜੇ ਏਡਡ ਕਾਲਜ ਨੇ ਕਿਸੇ ਨਾ ਕਿਸੇ ਸੁਸਾਇਟੀ ਦੇ ਕੋਲੋਂ ਰਨ ਕਰਦੇ ਪੰਜਾਬ ਦੇ ਵਿੱਚ ਚੱਲ ਰਹੇ ਆ ਇਹਨਾਂ ਦੀ 1987 ਵਿੱਚ ਐਸੋਸੀਏਸ਼ਨ ਬਣੀ ਸੀ ਜਿਹਨਾਂ ਦਾ ਨਾਂ ਰੱਖਿਆ ਸੀਗਾ ਨੋਨ ਗਵਰਨਮੈਂਟ ਏਡਡ ਕਾਲਜ ਪੰਜਾਬ ਐਂਡ ਚੰਡੀਗੜ੍ਹ ਉਹਦੀ ਇਹ ਫੈਡਰੇਸ਼ਨ ਇੱਕ ਬਣੀ ਹੋਈ ਹੈ ਉਹਦੇ ਪ੍ਰਧਾਨ ਸਾਡੇ ਚੱਲੇ ਆ ਰਹੇ ਸੀ ਪਹਿਲੋਂ ਸਭ ਤੋਂ ਪਹਿਲੇ ਜਿਹੜੇ ਪ੍ਰਧਾਨ ਸੀ ਜਿਹਨੇ ਸਟੈਬਲ ਕੀਤੀ ਪੰਡਿਤ ਮੋਹਨ ਲਾਲ ਜੀ ਸੀ ਔਰ ਜਿਹੜੇ ਕਿ ਮਿਨਿਸਟਰ ਵੀ ਰਹੇ ਨੇ ਪੰਜਾਬ ਦੇ ਕਹਿ ਸਰਕਾਰ 'ਚ ਹੋਮ ਮਿਨਿਸਟਰ ਰਹੇ ਨੇ ਉਹ ਬੜੇ ਸਾਲ ਉਹਨਾਂ ਨੇ ਸੇਵਾ ਕੀਤੀ ਉਸ ਤੋਂ ਬਾਅਦ ਥੋੜ੍ਹੀ ਦੇਰ ਵਾਸਤੇ ਪ੍ਰਕਾਸ਼ ਸਿੰਘ ਮਜੀਠਾ ਪ੍ਰਧਾਨ ਬਣੇ ਜਦੋਂ ਮੈਂ 1996 ਆਨਰੀ ਸੈਕਟਰੀ ਬਣਿਆ ਸੀ ਉਦੋਂ ਉਹਨਾਂ ਨੂੰ ਬਣਾਇਆ ਔਰ ਉਸ ਤੋਂ ਬਾਅਦ ਐਸ ਸੀ ਸਵਾਲਕਾ ਪੰਜਾਬ ਦੇ ਪ੍ਰਧਾਨ 2001 ਵਿੱਚ ਬਣੇ ਜਿਹੜੇ ਕਿ ਇੰਡਸਟਰੀਅਲ ਲੁਧਿਆਣੇ ਦੇ ਔਰ ਫਿਰੋਜ਼ਪੁਰ ਕਾਲਜ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਮੈਂ ਸੀਨੀਅਰ ਵਾਈਸ ਪ੍ਰੈਜੀਡੈਂਟ 2001 ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲੇ ਆ ਰਿਹਾ ਸੀ ਹੁਣ ਸਵਾਲਕਾ ਸਾਹਿਬ ਜਿਹੜੇ ਕਾਫੀ ਉਮਰ ਬਜ਼ੁਰਗ ਹੋ ਗਏ ਨੇ ਔਰ ਕੱਲ੍ਹ ਸਾਡੀ ਲੁਧਿਆਣੇ ਵਿੱਚ ਸਾਰੇ ਪੰਜਾਬ ਦੀ ਕਾਲਜਿਸ ਦੀ ਮੈਨੇਜਮੈਂਟ ਦੀ ਮੀਟਿੰਗ ਸੀ ਉਹਦੇ ਵਿੱਚ ਇਲੈਕਸ਼ਨ ਦਾ ਆਈਟਮ ਰੱਖੀ ਸੀ ਔਰ ਉਹਦੇ ਮੈਨੂੰ ਤਾਂ ਕੋਈ ਸੁਪਨਾ ਵੀ ਨਹੀਂ ਸੀ ਲੇਕਿਨ ਸਾਰਿਆਂ ਨੇ ਯੂਨੈਨੀਮਸਲੀ ਮੇਰਾ ਨਾਮ ਪ੍ਰਪੋਜ਼ ਕੀਤਾ ਔਰ ਉੱਥੇ ਮੇਰੀ ਜ਼ਿੰਮੇਵਾਰੀ ਮੇਰੇ 'ਤੇ ਪਾਈ ਹੈ ਮੈਂ ਸਮਝਦਾ ਕਿ ਇਸ ਵੇਲੇ ਏਡਡ ਕਾਲਜਾਂ ਨੂੰ ਬਹੁਤ ਜ਼ਿਆਦਾ ਚੈਲੇਂਜ ਹੈ ਮੈਨੇਜਮੈਂਟ ਫੈਡਰੇਸ਼ਨ ਨੂੰ ਵੀ ਔਰ ਜਿਹੜੇ ਗ੍ਰਾਂਟੀਨੇਟ ਦੇ ਵਿੱਚ ਇੰਪਲਾਈਜ਼ ਨੇ ਚਾਹੇ ਟੀਚਿੰਗ ਚਾਹੇ ਨੋਨ ਟੀਚਿੰਗ ਸਾਰਿਆਂ ਨੂੰ ਬਹੁਤ ਵੱਡੇ ਚੈਲੇਂਜ ਨੇ ਔਰ ਪੰਜਾਬ ਸਰਕਾਰ ਵਕਤ ਵਕਤ ਆਪਣੇ ਜ਼ਿੰਮੇਵਾਰੀ ਤੋਂ ਭੱਜਦੀ ਪਈ ਹੈ ਔਰ ਬਹੁਤ ਸਾਰੇ ਮਸਲੇ ਨੇ ਜਿਹੜੇ ਲੋਕਾਂ ਨੇ ਕੋਰਟਾਂ ਵਿੱਚ ਗਏ ਨੇ ਅਸੀਂ ਖੁਦ 3 ਕੇਸ ਕੋਰਟ 'ਚ ਕੀਤੇ ਹੋਏ ਖਾਲਸਾ ਕਾਲਜ ਵੱਲੋਂ ਔਰ ਇਹ ਸਾਰਾ ਜਿਹੜਾ ਮਾਣ ਹੈ ਮੈਨੂੰ ਖਾਲਸਾ ਕਾਲਜ ਘਰੇ ਮਿਲਿਆ ਕਿਉਂਕਿ ਖਾਲਸਾ ਕਾਲਜ ਦੀ ਬੜੀ ਲੰਬੀ ਸੇਵਾ ਬੜੇ ਲੰਬੇ ਅਰਸੇ ਤੋਂ ਵੱਖ ਵੱਖ ਅਹੁਦੇ 'ਤੇ ਰਹਿ ਕੇ ਮੈਂ ਕੀਤੀ ਹੈ ਔਰ ਉਸੇ ਗੱਲ ਨੂੰ ਮੁੱਖ ਰੱਖਦਿਆਂ ਇਹਦੀ ਸ਼ੋਹਰਤ ਪੰਜਾਬ ਵਿੱਚ ਵੀ ਗਈ ਅੱਜ ਮੇਰੇ ਵੱਡੇ ਭਾਈ ਸਾਡੇ ਮੀਤ ਪ੍ਰਧਾਨ ਸਾਹਿਬ ਸੁਰਿੰਦਰ ਸਿੰਘ ਕੱਥੂ ਲੋਕ ਮੇਰੇ ਨਾਲ ਬੈਠੇ ਹੈ ਇਹਨਾਂ ਵੀ ਆਪਣੀ ਸਪੀਚ ਇਹੀ ਗੱਲ ਕਹੀ ਹੈ ਜੋ ਮਾਣ ਮਿਲਿਆ ਉਹਦੀ ਵਜ੍ਹਾ ਖਾਲਸਾ ਕਾਲਜ ਹੀ ਹੈ ਅਸੀਂ ਖਾਲਸਾ ਕਾਲਜ ਜਿਹੜੀ ਇਮਾਨਦਾਰੀ ਨਾਲ ਜਿਹੜੀ ਸੇਵਾ ਕੀਤੀ ਹੈ ਉਹਦੀ ਸ਼ੋਹਰਤ ਪੰਜਾਬ 'ਚ ਗਈ ਉਹਦੇ ਕਰਕੇ ਜ਼ਿੰਮੇਵਾਰੀ ਮੇਰੇ 'ਤੇ ਪਾਈ ਗਈ ਹੈ ਅਸੀਂ ਹੁਣ ਪਹਿਲੀ ਸਾਡੀ ਕੋਸ਼ਿਸ਼ ਇਹ ਹੋਏਗੀ ਕਿ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਨੂੰ ਸਮਝਾ ਕੇ ਔਰ ਅਸੀਂ ਆਪਣੇ ਮਸਲੇ ਹੱਲ ਕਰੀਏ ਮੈਨੂੰ ਉਮੀਦ ਹੈ ਕਿ ਜਿਹੜਾ ਸੈਕਟਰੀ ਹਾਇਰ ਐਜੂਕੇਸ਼ਨ ਹੁਣ ਬਣਿਆ ਪੰਜਾਬ ਦੇ ਵਿੱਚ ਨਵੇਂ ਸਰ ਪ੍ਰਗਟ ਸਿੰਘ ਕਿਉਂਕਿ ਓਲੰਪੀਅਨ ਵੀ ਨੇ ਖੇਡੇ ਵੀ ਨੇ ਚੰਗੇ ਬੰਦੇ ਹੈ ਮੈਂ ਉਹਨਾਂ ਕੋਲੋਂ ਟਾਈਮ ਵੀ ਮੰਗਿਆ ਔਰ ਉਹਨਾਂ ਨੂੰ ਟਾਈਮ ਮਿਲਣ ਦੇ ਨਾਲ ਅਸੀਂ ਉਹਨਾਂ ਨੂੰ ਜਾ ਕੇ ਮਿਲਾਂਗੇ ਮੈਨੂੰ ਉਮੀਦ ਹੈ ਕਿ ਸਰ ਪ੍ਰਗਟ ਸਿੰਘ ਸਾਡੇ ਮਸਲਿਆਂ ਨੂੰ ਸਮਝਣਗੇ ਔਰ ਜਲਦੀ ਹੱਲ ਕਰਨਗੇ ਪਿੱਛੇ ਵੀ ਜਿਹੜੀ ਮਸਲੇ ਆਏ ਸੀ ਉਹਦੇ 'ਚ ਸਤਿੰਦਰ ਸਿੰਘ ਬਾਜਵਾ ਮਿਨਿਸਟਰ ਸੀਗੇ ਉਹਨਾਂ ਦੇ ਕੋਲ ਵੀ ਅਸੀਂ ਜਾ ਕੇ ਮਿਲੇ ਸੀ ਔਰ ਉਹਨਾਂ ਨੇ ਤੁਰੰਤ ਸਾਡੀ ਗੱਲ ਨੂੰ ਸਮਝ ਕੇ ਉਸ ਵੇਲੇ ਜਿਹੜੇ ਐਕਸ਼ਨ ਸਾਡੇ ਖਿਲਾਫ਼ ਡੀਪੀਆਈ ਲੈ ਰਿਹਾ ਸੀ ਉਹਨਾਂ ਨੂੰ ਰੋਕਿਆ ਉਹਨਾਂ ਨੇ ਔਰ ਮੈਨੂੰ ਉਮੀਦ ਹੈ ਕਿ ਸਰਕਾਰ ਜਿਹੜੀ ਸਾਡੀ ਗੱਲ ਸੁਣੇਗੀ ਤਾਂ ਕਿ ਸਾਨੂੰ ਕੋਈ ਐਜੀਟੇਸ਼ਨ ਦਾ ਰਸਤਾ ਜਾਂ ਕੋਰਟ ਦਾ ਰਸਤਾ ਅਖਤਿਆਰ ਨਾ ਕਰਨਾ ਪਵੇ ਸਾਡੀ ਪਹਿਲੀ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਸਰਕਾਰ ਨੂੰ ਆਪਣੇ ਮਸਲੇ ਨੂੰ ਸਮਝਾ ਕੇ ਉਹਨਾਂ ਦੇ ਕੋਲੋਂ ਉਹਦੇ ਮਸਲੇ ਹੱਲ ਕਰਵਾਈਏ ਮੈਂ ਸਾਰਿਆਂ ਦਾ ਪੰਜਾਬ ਦੇ ਬਸ ਜਿਹੜੇ ਮੈਨੇਜਮੈਂਟ ਫੈਡਰੇਸ਼ਨ ਨੇ ਚੁਣਿਆ ਹੈ ਪ੍ਰਧਾਨ ਮੇਰੇ 'ਤੇ ਭਰੋਸਾ ਕੀਤਾ ਔਰ ਸਾਰਿਆਂ ਦਾ ਮੇਰਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੇ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਸਾਰੇ 142 ਦੇ 42 ਕਾਲਜ ਤੁਹਾਡੇ ਨਾਲ ਖੜ੍ਹੇ ਆ ਔਰ ਇਕੱਠੇ ਰਲ ਕੇ ਅਸੀਂ ਮਸਲੇ ਹੱਲ ਕਰਾਂਗੇ ਮੈਂ ਸਮਝਦਾ ਕਿ ਜੇ ਕੋਈ ਮਿਨਿਸਟਰ ਔਰ ਜੇ ਕੋਈ ਅਫਸਰ ਅਕਲਮੰਦ ਜਿਹੜਾ ਸੈਕਟਰੀ ਹੋਏਗਾ ਜੇ ਸਾਡੀ ਗੱਲ ਨੂੰ ਸਮਝ ਗਏ ਤਾਂ ਜ਼ਰੂਰ ਮਸਲੇ ਹੱਲ ਕਰਨਗੇ ਐਵੇਂ ਕਈ ਵਾਰ ਆਪਣੇ ਮਸਲੇ ਦੱਸਣ ਵਿੱਚ ਹੀ ਕੁਝ ਨਾ ਕੁਝ ਕਮੀਆਂ ਰਹਿ ਜਾਂਦੀਆਂ ਨੇ ਜਾਂ ਉਹਨਾਂ ਦੇ ਸਮਝਣ 'ਚ ਕਮੀਆਂ ਰਹਿ ਜਾਂਦੀਆਂ ਨੇ ਔਰ ਜੇ ਫਿਰ ਵੀ ਕੋਈ ਨਹੀਂ ਮਸਲੇ ਆਉਣਗੇ ਫਿਰ ਹੋਰ ਰਸਤੇ ਬੜੇ ਨੇ ਜ਼ਰੂਰੀਅਤ ਦੇ ਵਿੱਚ ਕਈ ਕੁਛ ਰਸਤੇ ਅਖਤਿਆਰ ਕਰਾਂਗੇ